ਭਜਤੇ ਰਾਮ ਕਿਰਪਾ ਕਵਿਦਾਨ ਰਾਮ ਕਿਰਪਾ
ਚੰਡਲ ਹਰਨੇ ਕਿਰਪਾ ਪ੍ਰਸਾਦ ਸੁਦਾਸ ਪ੍ਰਸਾਦ ਮੇਗੋ ਨਿਨਾ ਸੁਨੋ ਭਾਰਤ ਭਾਈ ਪ੍ਰਬਲ ਬਿਲਰ ਗੈਗੋ ਨਿਨਾ ਮਰਨ ਯਸ ਅਪ ਯਸ ਭਗਵਾਨ ਚੇਤੀ ਦੇ ਆਪਣੇ ਪਾਸ ਧਰੋਹ ਰੱਖੀ ਹੈ ਹਾਨੀ ਲਾਭ ਜੀਵਨ ਮਰਨ ਯਸ ਅਪ ਯਸ ਵਿਹਾਰ ਮੌਤ ਦਾ ਸਮੇਂ ਜੋ ਹੈ ये भी निश्चित है समय स्थान ये भगवान ने पहले निश्चित कर रखे हैं। कारण जो है ना कोई मौत का बन जाता है इसी का नाम या मृत्यु है। जीना झूठ सच मरना इसमें कोई दो राय नहीं है कि जो इंसान जहाँ आया है इस धरती पर उसे एक ना एक दिन अवश्य यहां से कुछ करना होगा। चाहे देव देवता के पैगंबर भी आए उन्हें भी जाना पड़ा। ये विधाता का नियम है विदना की गति तारी नामी तारी। आज आप शोक सभा में सब उपस्थित स्वर्ण देवी जो कि अपने श्वासों की उन्हें समाप्त करते हुए पर महाराज भाई चरणों में डरेंगे पति स्वर्ग श्री राजेंद्र देव जी आज आत्मा के लिए स्वर्ण देवी के लिए जो कि आज का सत्संग भजन कीर्तन परिवार के तरफ से उनकी आत्मा शांति करवाया गया। आज बेटे को जो है किया जाएगा। जो पगड़ी बांधते हैं तिलक किया जाता है भरी सभा ਲੰਗਰ ਕਾ ਪ੍ਰਸਾਦ ਨਹੀਂ ਗ੍ਰਹਿਣ ਕਰ ਕਿਰਪਾ ਕਰਕੇ ਲੰਗਰ ਕਾ ਪ੍ਰਸਾਦ ਅਵਸ਼ਯ ਗ੍ਰਹਿਣ ਕਰਕੇ ਆਏਗੇ। ਪਰਿਵਾਰ ਕੀ ਤਰਫ ਸੇ ਪ੍ਰਾਰਥਨਾ ਹੈ ਕਿ ਇਸ ਲੰਗਰ ਕਾ ਪ੍ਰਸਾਦ ਨਹੀਂ ਗ੍ਰਹਿਣ ਕਰ ਕਿਰਪਾ ਕਰਕੇ ਲੰਗਰ ਕਾ ਪ੍ਰਸਾਦ ਅਵਸ਼ਯ ਗ੍ਰਹਿਣ ਕਰਕੇ ਆਏਗੇ। ਓਮ ਸ਼ਾਂਤੀ।
ਸੁਮਰੇ ਰਾਮ ਰਾਮ ਹੀ ਜੋ ਜਨ
उसका हो सुच कर तन मन, जिसमें राम नाम सुख जागे, उसके पाप ताप सब भागे, मन के भ्रम भय सारे, सुमें बस जय राम सुनाम, उसे तारे राम सिमरन होए सहाय, राम सिमरन है सुखदाय, राम सिमरन सबसे ऊंचा, राम सत्य सुख ज्ञान समूचा, राम राम ही सिमर मन, राम राम श्री राम, को चोर बनावे, राम नाम जब चिंता चूरक, चिंता मन चित चिंतन पूरक, शोक सागर गो मराता, अति दुख में मन घबराता, अतिये राम राम बहु पार, जिनका करता मेरा पार, कई घड़ी दोष विनाशे, कुंडलन मोहे सुषमता भोले, राम मंत्र अमृत रस भोले, उपजे नाथ सहज बहु भान, अज पाचाप भीतर हो शांत, राम राम पद शक्ति जगावे, राम राम धुन कबीर मावे, राम नाम जग जगे चेतन भाव जगे सुख संग, भजते राम नाम रमणीक, भजते भगवत भावा
ਕਰਮ ਬੰਦੇ
श्री रामाराग भव सिंधु में अतुल राम नाम सब तीर्थ स्थान राम राम जप परम स्नान ओ कर ताप ताप सब दूर कर दे भय ब्रह्म को नमो राम जाप लग के समान तम हरे ज्ञान राम जाप दे अनंत महान मिलो से जिस में भगवान राम नाम को सिमरिए राम राम एकता ਕੀ
Thank you.
ਇਹੋ ਅਰਦਾਸ ਮੇਰੀ ਏ ਸਿਆ ਰਾਮ, ਇਹੋ ਅਰਦਾਸ ਮੇਰੀ ਏ ਸਿਆ ਰਾਮ। ਸਿਆ ਰਾਮ।
किसी को सुख प्राप्त
विधाता का नियम है, विधना की गति
ਤਾਰੀ ਨਾਮੀ ਤਾਰੇ ਹੈ। ਅੱਜ ਆਪਕੀ ਸ਼ੋਕ ਸਭਾ ਮੈਂ ਸਭ ਤਪਸਦੇਵੀ ਸ਼ਰਨ ਦੇਵੀ ਜੋ ਕਿ ਆਪਣੇ ਸਵਾਸ ਉਨੀ ਸਮਾਪਤ ਕਰਦੀ ਹੋਈ ਪਰ ਮਹਾਰਾਜ ਜੀ ਚਰਨ ਮੈਂ ਡਰੇ ਨੇ ਬਾਕੀ ਸਵਰਗ ਸ਼੍ਰੀ ਰਾਜਿੰਦਰ ਦੇਵ ਜੀ ਆਜ ਸਾਧਨਾ ਕੇ ਲਈ ਸਵਰਨ ਦੇਵੀ ਕੇ ਲਈ ਜੋ ਕਿ ਅੱਜ ਦਾ ਸਤਸੰਗ ਭਜਨ ਕੀਰਤਨ ਪਰਿਵਾਰ ਕੀ ਆਤਮਿਕ ਸ਼ਾਂਤੀ ਕਰਵਾਇਆ ਗਿਆ। ਆਜ ਬੇਟੀ ਜੋ ਹੈ ਤਿਲਕ ਕੀਆ ਜਾਏਗਾ ਜੋ ਪਗੜੀ ਬਾਂਧਦੇ ਹੈ ਤਿਲਕ ਕੀਆ ਜਾਂਦਾ ਹੈ ਭਰੀ ਸਭਾ ਰਿਸ਼ਤੇਦਾਰ ਨਾਤੇਦਾਰ ਮਿੱਤਰਗਣ ਆਸ ਪੜੋਸ ਸਭ ਇਕੱਤਰਿਤ ਹੋਤੇ ਹੈ ਆਸ਼ੀਰਵਾਦ ਦੇਤੇ ਹੈ ਕਿ ਆਜ ਸੇ ਆਪਨੇ ਆਪਣੇ ਘਰ ਕੀ ਸਾਰ ਸੰਧਾਰ ਕਰਨੀ ਹੋਗੀ। ਠੀਕ ਹੈ ਪਹਿਲੇ ਮਾਤਾ ਪਿਤਾ ਥੇ ਉਹਨਾਂ ਨੇ ਆਪਣੀ ਜ਼ਿੰਮੇਦਾਰੀ ਨਿਭਾ ਲਈ ਅਬ ਆਪਕੀ ਵਾਰੀ ਹੈ ਆਪਕਾ ਦੇਖਣਾ ਹੈ ਕਿ ਆਪਨੇ ਕਿੰਨਾ ਨਿਭਾਣਾ ਆਗੇ ਰਿਸ਼ਤੇਦਾਰੀ ਮੇਂ ਮਿੱਤਰਤਾ ਮੇਂ ਆਸ ਪੜੋਸ ਮੇਂ ਉਹ ਤਾਂ ਆਪਣਾ ਨਿਭਾ ਕਰਕੇ ਚਲੇ ਗਏ ਕੱਲ ਕੋਈ ਨਾ ਕਹੇ ਕੋਈ ਮਾਤਾ ਪਿਤਾ ਚਲੇ ਗਏ ਕੋਈ ਪਿੱਛੇ ਕਰਨ ਵਾਲਾ ਨਹੀਂ ਨਿਭਾਣ ਵਾਲਾ ਨਹੀਂ ਹੈ ਸੰਸਾਰ ਮਾਂ ਆਈ ਹੈ ਇਹ ਜ਼ਿੰਮੇਦਾਰੀ ਵੀ ਹੈ ਬੇਟੇ ਕੋ ਰਿਪਨ ਗੁਰੂ ਜੀ ਕੋ ਸੌਂਪ ਜਾਏਗਾ ਔਰ ਪਿੱਛੇ ਜੋ ਹੈ ਬੇਟੇ ਕੋ ਮੀਰਾ ਭਲਾ ਔਰ ਭਲਾ ਜੀ ਜੋ ਤਿਵਾੜੀ ਮਨ ਮਮਤਾ ਪਰ ਪੋਤਰੀ ਆਰਨਾ ਆਰਨਾ ਤੋ ਪਿੱਛੇ ਉਹ ਸੁੰਦਰ ਪਰਿਵਾਰ ਜੋ ਕਿ ਗਏ ਹੈ ਜ਼ਿੰਮੇਦਾਰੀ ਹੈ ਪ੍ਰਭੂ ਮਹਾਰਾਜ ਕੀ ਚਰਨੋਂ ਮੇਂ ਅਰਦਾਸ ਹੈ ਯਾਚਨਾ ਹੈ ਵੰਦਨਾ ਹੈ ਪ੍ਰਾਰਥਨਾ ਹੈ ਉਸ ਦਿਵਤ ਆਤਮਾ ਕੋ ਆਪਣੇ ਚਰਨੋਂ ਮੇਂ ਨਿਵਾਸ ਦੇਣਾ ਔਰ ਆਪਣੇ ਪਰਿਵਾਰ ਕੋ ਜੋ ਇਤਨਾ ਬੜਾ ਦੁੱਖ ਹੈ ਸਹਿਨਸ਼ੀਲਤਾ ਪ੍ਰਦਾਨ ਕਰਨਾ ਤੋ ਕੁਛ ਧਨ ਰਾਸ਼ੀ ਜੋ ਹੈ ਪਰਿਵਾਰ ਕੀ ਤਰਫ ਸੇ ਆਤਮਿਕ ਸ਼ਾਂਤੀ ਨੂੰ ਨਿਕਾਲੀ ਗਈ ਹੈ ਸ੍ਰੀ ਬਾਬਾ ਅਲਕਨਾਥ ਮੰਦਿਰ ਬੇਰੀਆ ਮੰਦਿਰ ਜਗਰਾਓਂ ਲਿਖੀ ਕਲਾ ਮੰਦਿਰ ਗੀਤਾ ਮੰਦਿਰ ਅਕਾਲ ਆਸ਼ਰਮ ਕੁਸ਼ਟ ਆਸ਼ਰਮ ਪਿੰਗਲਾ ਘਰ ਜੋ ਪ੍ਰਸਤਾਵ ਆਇਆ ਹੈ ਬਾਲੀ ਬੇਬੀ ਰਾਮ ਤਿਆਰੀ ਜੀ ਕੀ ਤਰਫ ਸੇ ਬਰਵਾੜਾ ਸੇ ਜੋ ਕਿ ਸ਼ੋਕ ਪ੍ਰਸਤਾਵ ਨਾਮ ਪਹੁੰਚਾਏਗਾ ਪਰਿਵਾਰ ਦੀ ਤਰਫ ਸੇ ਬਹੁਤ ਬਹੁਤ ਧੰਨਵਾਦ ਪਰਿਵਾਰ ਦੀ ਤਰਫ ਸੇ ਆਪਦਾ ਸਭ ਦਾ ਬਹੁਤ ਬਹੁਤ ਦਿਨ ਪਰਿਵਾਰ ਦੀ ਤਰਫ ਸੇ ਧੰਨਵਾਦ ਜੋ ਆਪ ਆਪਣਾ ਕੀਮਤੀ ਸਮਾਂ ਨਿਕਾਲ ਕਰਕੇ ਮੇਰੇ ਪਰਿਵਾਰ ਦੀ ਸਾਧ ਦੁੱਖ ਮਾਣੇ ਦੇ ਉਪਸਥਿਤ ਹੋਏ ਹਨ ਤੋ ਪਰਿਵਾਰ ਦੀ ਤਰਫ ਸੇ ਆਪਦਾ ਬਹੁਤ ਬਹੁਤ ਧੰਨਵਾਦ ਆਪ ਜਾਰੀ ਸਨ ਪਗੜੀ ਹੋਈ ਕਿਰਪਾ ਕਰਕੇ ਪਗੜੀ ਜੋ ਹੈ ਪਗੜੀ ਆਈ ਹੈ ਉਹ ਕਿਰਪਾ ਕਰਕੇ ਅੱਗੇ ਲੈ ਆਈ ਹੈ
ਗੋਬਿੰਦ ਸ਼ਰਾਮਤਮ ਗਜਾਨੰ ਪੁੱਤਰਾਂ ਸੀਤਮ ਰੋਕਿਤਮ ਪਵਲਕਾਰ ਉਸਮੰ ਅਮਾਸੁਕਮ ਸ਼ੋਕ ਵਿਨਾਸ਼ਕਾਰਿਕੰ ਨਮਾਮਿ ਵਿਘਨੇਸ਼ਵਰ ਪਾਲ ਪੰਕਜੰ ਸਰਮੰਗਲ ਮੰਗਲੇ ਸ਼੍ਰੀ ਸਰਵਾਪਿ ਸਾਧਿਕੇ ਸ਼ਨਾਇਕਮ ਇਨੋਦੀ ਨਾਰਾਯਣ ਨਮਸਤੁਤਿ ਯੇਨ ਭਕਤੋ ਵਿਦਾਜਾ ਦਾਨੰਦੋ ਮਹਾਵਰਾਤ੍ਰਿ ਮਹਾਮਧੁਨਾਮ ਰਕਸ਼ੇ ਮਾਚਲ ਮਾਤ ਸਰਮੰਗਲ ਮੰਗਲੇ ਸ਼੍ਰੀ ਸਰਵਾ ਸਾਧਿਕੇ ਸ਼ਨਾਇਕਮ ਕੁਤੇ ਗੌਰੀ ਨਾਰਾਯਣ ਨਮਸਤੁਤਿ ਆਹ
ਉਹਨਾਂ ਦੇ